ਇਸ ਪੰਪ ਨੂੰ ਬਣਾਉਣ ਲਈ ਤੁਹਾਨੂੰ ਦੋ ਸਟਰਾਅ, ਇੱਕ ਮੋਟੀ ਅਤੇ ਇੱਕ ਪਤਲੀ, ਦੋ ਸਟੀਲ ਦੀਆਂ ਗੇਂਦਾਂ, ਦੋ ਮੋਤੀ ਅਤੇ ਪਾਣੀ ਦਾ ਇੱਕ ਮੱਗ ਚਾਹੀਦਾ ਹੈ। ਸਟਰਾਅ ਦੇ ਅੰਤ 'ਤੇ ਦੋ ਮੋਤੀ ਜੋੜ ਦਿਓ। ਲਾਲ ਮੋਤੀ ਮੋਟੇ ਸਟਰਾਅ ਦੇ ਅੰਤ ਤੱਕ ਜਾਵੇਗਾ ਅਤੇ ਪੀਲਾ ਮੋਤੀ ਪਤਲੇ ਸਟਰਾਅ ਦੇ ਅੰਤ ਤੱਕ। ਹੁਣ ਵੱਡੀ ਗੇਂਦ ਮੋਟੀ ਸਟਰਾਅ ਦੇ ਵਿੱਚ ਸੁੱਟੋ ਅਤੇ ਛੋਟੀ ਗੇਂਦ ਪਤਲੇ ਸਟਰਾਅ ਵਿੱਚ ਸੁੱਟੋ। ਇਸ ਚੂੜੀਦਾਰ ਦੀ ਲੰਬਾਈ ਦੇ ਨਾਲ ਨਾਲ ਲਾਲ ਸਟਰਾਅ ਨੂੰ ਕੱਟੋ। ਇਸ ਦੇ ਵਿਆਸ ਨੂੰ ਘਟਾਉਣ ਲਈ ਫਿਰ ਇਸ ਨੂੰ ਟੇਪ ਕਰਨ ਲਈ ਇਸ ਨੂੰ ਮੋੜੋ। ਇਹ ਪਾਣੀ ਦੇ ਬਾਹਰ ਨਿਕਲਣ ਲਈ ਨੋਜ਼ਲ ਦੀ ਤਰ੍ਹਾਂ ਬਣ ਜਾਵੇਗੀ। ਪਤਲਾ ਸਟਰਾਅ ਵੀ ਇੱਕ ਪਿਸਟਨ ਵਰਗਾ ਕੰਮ ਕਰੇਗਾ। ਹੁਣ ਪੰਪ ਨੂੰ ਪੂਰਾ ਕਰਨ ਲਈ ਪਤਲੀ ਸਟਰਾਅ ਨੂੰ ਮੋਟੀ ਸਟਰਾਅ ਵਿੱਚ ਪਾ ਦਿਓ ਅਤੇ ਥੱਲੇ ਪਤਲੀ ਸਟਰਾਅ ਦੇ ਉੱਪਰ ਅਤੇ ਥੱਲੇ ਜਾਣ ਦਿਓ। ਇਸ ਤਰ੍ਹਾਂ ਕਰਨ ਨਾਲ ਥੋੜ੍ਹੀ ਦੇਰ ਬਾਅਦ ਪਾਣੀ ਨੋਜ਼ਲ ਵਿੱਚੋਂ ਬਾਹਰ ਆਵੇਗਾ।